ਪਾਸੇ ਰੱਖੜੀ ਦਾ ਤਿਉਹਾਰ ਹੈ ਤੇ ਦੂਜੇ ਪਾਸੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਵੀ ਵੇਖਣ ਨੂੰ ਮਿਲ ਰਹੀਆਂ ਨੇ, ਪਰ ਰੌਣਕਾਂ ਦੇ ਨਾਲ ਨਾਲ ਸੜਕਾਂ ਉੱਤੇ ਟ੍ਰੈਫਿਕ ਦੀ ਸਮੱਸਿਆ ਵੀ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਵੱਲੋਂ ਗਲਤ ਢੰਗ ਦੇ ਨਾਲ ਆਪਣੀਆਂ ਗੱਡੀਆਂ ਨੂੰ ਖੜਾ ਕੀਤਾ ਜਾ ਰਿਹਾ, ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਹੋ ਰਹੀ ਹੈ, ਜਿਸ ਤੋਂ ਬਾਅਦ ਹੁਣ ਟ੍ਰੈਫਿਕ ਪੁਲਿਸ ਨੂੰ ਲੋਕਾਂ ਦੇ ਚਲਾਨ ਕੱਟਣੇ ਪੈ ਰਹੇ ਨੇ। ਹਾਲਾਂਕਿ ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਾਰ ਬਾਰ ਅਪੀਲ ਕੀਤੀ ਗਈ, ਪਰ ਇਸ ਦੇ ਬਾਵਜੂਦ ਵੀ ਲੋਕ ਸਮਝ ਨਹੀਂ ਰਹੇ, ਜਿਸ ਦੇ ਕਾਰਨ ਹੁਣ ਉਹਨਾਂ ਨੂੰ ਮਜਬੂਰਨ ਟੋ ਗੱਡੀਆਂ ਦੀ ਸਹਾਇਤਾ ਨਾਲ ਲੋਕਾਂ ਦੀਆਂ ਗੱਡੀਆਂ ਚੁੱਕਣੀਆਂ ਪੈ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕਰਨ ਦੇ ਕਾਰਨ ਸੜਕ ਤੇ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਰਹੀ ਹੈ। ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਅੰਮ੍ਰਿਤਸਰ 'ਚ ਆਏ ਦਿਨ ਵੇਖਿਆ ਜਾਂਦਾ ਹੈ ਕਿ ਸੜਕਾਂ ਤੇ ਲੰਮੇ ਲੰਮੇ ਜਾਮ ਲੱਗ ਜਾਂਦੇ ਨੇ, ਜਿਸ ਕਾਰਨ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਹ ਖੁਦ ਲੋਕਾਂ ਦੀ ਹੀ ਗਲਤੀ ਦੇ ਕਾਰਨ ਲੰਮੇ ਜਾਮ ਲੱਗਦੇ ਨੇ, ਜਿਸ ਦੇ ਚਲਦੇ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਪਾਸੇ ਰੱਖੜੀ ਦਾ ਤਿਉਹਾਰ ਹੋਣ ਕਰਕੇ ਜਿੱਥੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ, ਉੱਥੇ ਹੀ ਲੋਕਾਂ ਵੱਲੋਂ ਸੜਕਾਂ ਤੇ ਨੋ ਪਾਰਕਿੰਗ ਦੇ ਵਿੱਚ ਗੱਡੀਆਂ ਖੜੀਆਂ ਕਰਕੇ ਟ੍ਰੈਫਿਕ ਸਮੱਸਿਆ ਨੂੰ ਪੈਦਾ ਕੀਤਾ ਜਾ ਰਿਹਾ, ਜਿਸ ਦੇ ਚਲਦੇ ਮਜਬੂਰਨ ਪੁਲਿਸ ਨੂੰ ਲੋਕਾਂ ਦੇ ਚਲਾਨ ਕੱਟਣੇ ਪੈ ਰਹੇ ਨੇ ਤੇ ਗੱਡੀਆਂ ਨੂੰ ਟੋ ਵੈਨਾਂ ਦੇ ਰਾਹੀਂ ਚੁੱਕਿਆ ਜਾ ਰਿਹਾ। ਉੱਥੇ ਲੋਕ ਪੁਲਿਸ ਅਧਿਕਾਰੀਆਂ ਨਾਲ ਉਲਝਦੇ ਹੋਏ ਵੀ ਨਜ਼ਰ ਆਏ ਅਤੇ ਪੁਲਿਸ ਉੱਤੇ ਆਪਣਾ ਰੋਪ ਝਾੜਦੇ ਨਜ਼ਰ ਆਏ। ਮੰਤਰੀਆਂ ਤੇ ਸੰਤਰੀਆਂ ਦੇ ਫੋਨ ਵੀ ਖੜਕਾਏ ਜਾ ਰਹੇ ਨੇ ਅਤੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਦੀ ਗੱਲ ਵੀ ਕਰਵਾਈ ਜਾ ਰਹੀ ਹੈ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਾਂ। ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਾਂ। ਲੋਕ ਨੋ ਪਾਰਕਿੰਗ ਦੇ ਵਿੱਚ ਆਪਣੀਆਂ ਗੱਡੀਆਂ ਖੜੀਆਂ ਕਰਕੇ ਦੁਕਾਨਾਂ ਦੇ ਵਿੱਚ ਚਲੇ ਜਾਂਦੇ ਨੇ, ਜਿਸ ਦੇ ਕਾਰਨ ਸੜਕਾਂ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸਮੱਸਿਆ ਪੈਦਾ ਹੋ ਰਹੀ ਹੈ। ਕੀ ਗੱਲਬਾਤ ਹੋਈ ਹੈ ਜੀ? ਇਹ ਰੌਂਗ ਪਾਰਕਿੰਗ ਲੱਗੇ ਸੀ, ਇਹਨਾਂ ਦੇ ਚਲਾਨ ਕਰ ਦਿੱਤੇ। ਇਹਦੇ ਨਾਲ ਰੌਂਗ ਸਾਈਡ ਤੇ ਖੜੀ ਕਰਨ ਦੇ ਬਾਵਜੂਦ ਤੇ ਜਿੱਦੇ ਵੀ ਆ ਪੁਲਿਸ ਨਾਲ ਜਿੱਦ ਬਹਿਸ ਕਰਦੇ ਆ, ਗਲਤੀ ਮੰਨਦੇ ਨਹੀਂ? ਕੋਈ ਨਹੀਂ, ਉਹਨਾਂ ਨੇ ਚਲਾਨ ਕਰਾ ਲਿਆ ਜੀ, ਆਪਣਾ ਉਹਨਾਂ ਦਾ ਚਲਾਨ ਕਰ ਦਿੱਤਾ ਆ ਤੇ ਉਹਨਾਂ ਨੂੰ। ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਦੇ ਹੋ? ਜੋ ਇਹੋ ਹੀ ਕਹਾਂਗੇ ਕਿ ਆਪਣਾ ਨਾ ਲਾਓ, ਸੜਕ ਦੇ ਉੱਤੇ ਨਾ ਲਾਓ, ਕਿ ਟ੍ਰੈਫਿਕ ਜਾਮ ਹੁੰਦੀ ਹੈ। ਅੱਛਾ ਸਰ, ਕਾਫੀ ਪਹੁੰਚ ਵੀ ਕਰਦੇ ਆ, ਫੋਨ ਵੀ ਕਰਾਉਂਦੇ ਆ ਮੰਤਰੀ ਸਾਹਿਬਾਨਾਂ ਦੇ, ਜਾਂ ਕਰ ਲਈਏ? ਨਹੀਂ, ਪ੍ਰਸ਼ਾਸਨਿਕ ਅਧਿਕਾਰੀਆਂ ਚਲਾਨ ਕਰ ਦਿੱਤੇ ਗਏ ਜੀ, ਕੋਈ ਤਰਸ ਰੌਂਗ ਪਾਰਕਿੰਗ ਦਾ ਚਲਾਨ ਕਰ ਦਿੱਤੇ ਗਏ, ਕੋਈ ਤਰਸ ਨਹੀਂ ਖਾਧਾ ਜਾਏਗਾ? ਠੀਕ ਹੈ। ਇਹ ਜਿਹੜੇ ਗਲਤ ਲਾਈਆਂ ਵਾ, ਉਹ ਗਲਤ ਕੰਮ ਉਹ ਟੋ ਹੋਣਗੀਆਂ ਹੋਣਗੀਆਂ, ਕਾਨੂੰਨ ਮੁਤਾਬਕ ਉਹਨਾਂ 'ਤੇ ਕਾਰਵਾਈ ਹੋਊਗੀ। ਇਹ ਅਕਸਰ ਹੀ ਇੱਥੇ ਜਿੰਨੀਆਂ ਮਰਜ਼ੀ ਤੁਸੀਂ ਗੱਡੀਆਂ ਚੁੱਕ ਲੈਂਦੇ ਜੇ, ਫਿਰ ਵੀ ਇੱਥੇ ਰੋਜ਼ ਇਹੀ ਹਾਲ ਆ। ਲਗਭਗ ਇਹ ਜਿਹੜੀਆਂ ਵਾਈਟ ਲਾਈਨ ਆ, ਇੱਥੋਂ ਇੱਧਰਲੇ ਪਾਸੇ ਲੱਗੇ ਹੋਏ ਸੜਕ ਵਾਲੇ ਪਾਸੇ ਬਾਹਰ ਹੀ। ਆਪਾਂ ਤਾਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਵੀ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ, ਸਹੀ ਆਪਣਾ ਗੱਡੀਆਂ ਲਾਓ, ਇੱਥੇ ਸੜਕ 'ਤੇ ਹੀ ਲਾ ਕੇ ਚਲ ਜਾਂਦੇ ਆ, ਉਹਨਾਂ ਦੀ ਆਪਾਂ ਟੋ ਕਰਾਂਗੇ। ਸਰ ਕੁਛ ਦੇਖਣ ਨੂੰ ਕੁਛ ਤੁਹਾਡੇ ਨਾਲ ਕਹਿੰਦੇ ਵੀ ਲੋਕ ਲੜਦੇ ਲੁੜਦੇ ਵੀ ਹੁਣ ਜੀ, ਜਿਹੜੇ ਜਿੱਤਦੇ ਆ ਤੁਹਾਡੇ ਨਾਲ ਬਹਿਸ ਕਰਦੇ ਆ, ਜਿਹੜੇ ਵੀ ਆਪਣੀ ਗਲਤੀ ਕਰਕੇ ਵੀ ਨਹੀਂ ਮੰਨਦੇ, ਆਪਾਂ ਉਹਨਾਂ ਦਾ ਚਲਾਨ ਕਰ ਦਿੰਦੇ ਹਾਂ।